ਬੜੀ ਜ਼ੋਰ ਨਾਲ ਲਈ ਅੰਦਰ ਨੂੰ ਟੈਚੀ ਚ ਰੱਖ ਕੇ ਬੈਠਾ ਹੈ, ਬਾਹਰੋਂ ਆਏ ਮੇਰੇ ਹੱਥ ਕੱਪੜੇ ਬਹੁਤ ਜ਼ੋਰ ਲੱਗਿਆ ਲੈਣ ਵਾਸਤੇ, ਅਸੀਂ ਵੀ ਪਹਿਲੀ ਵਾਰ ਦੇਖੀ। ਅੱਛਾ ਪਹਿਲੀ ਵਾਰ ਵੇਖੀ ਆ। ਅੱਜ ਦੀ ਵੀਡੀਓ ਚ ਪਹਿਲੀ ਗੱਲ ਤੁਸੀਂ ਪਛਾਣ ਹੀ ਲਿਆਣਾ ਚਿਹਰਿਆਂ ਨੂੰ, ਵੇਖ ਸਕਦੇ ਸਾਡੇ ਕੋਲ ਆਏ ਭਰਾ ਸਾਡੇ ਅਮਨ ਮਾਹਲ ਵਲੋਗ, ਇੱਧਰ ਆਏ ਸਾਡੇ ਜੱਗਾ ਮਾਹਲ ਵਲੋਗ, ਠੀਕ ਆ ਜੀ, ਜਿਹੜਾ ਚੈਨਲ ਤੇ ਤੁਸੀਂ ਪੂਰਾ ਆਨੰਦ ਮਾਣਦੇ ਜੀ। ਤੇ ਅੱਜ ਭਰਾ ਸਾਡੇ ਕੋਲ ਫਿਰ ਮਤਲਬ ਰਾਤ ਦੇ ਤੁਰੇ ਆ ਤੇ ਸਵੇਰੇ ਪਹੁੰਚੇ ਆ, ਦੱਸਦੇ ਆ ਗੱਲ ਕਰਦੇ ਸਾਰੀ, ਔਰ ਕਿਹੜੇ ਕਿਹੜੇ ਟਰੈਕਟਰ ਸਾਡੇ ਕੋਲ ਲੱਗੇ ਆ ਘਰ ਇਹ ਵੀ ਵਿਖਾਲਦੇ ਆ ਤੁਹਾਨੂੰ ਅੱਜ, ਤੇ ਕਿਹੜੇ ਕਿਹੜੇ ਪਿੰਡ ਦੇ ਆ, ਤੇ ਨਾਲ ਜੱਗੇ ਵੀਰ ਜੀ ਨੂੰ ਟਰੈਕਟਰ ਲੈ ਕੇ ਆਏ ਆ ਉਹ ਵੀ ਤੁਹਾਨੂੰ ਜਾ ਕੇ ਵਰਕਸ਼ਾਪ ਤੇ ਵਿਖਾਲਦੇ ਆ, ਟਰੈਕਟਰ ਵਰਕਸ਼ਾਪ ਤੇ ਲੱਗੇ ਆ। ਤੇ ਰਾਤ ਦੇ ਕਿਤੇ ਜੱਗੇ ਭਾਈ ਨੇ ਮੈਨੂੰ ਲੱਗਦਾ ਤੁਰ ਪਏ, ਜੱਗੇ ਵੀਰ ਜੀ ਕਿੰਨੇ ਵਜੇ ਤੁਰੇ ਰਾਤੀ? ਸਵਾ 11 ਤੁਰ ਪਏ, ਸਵਾ 11 ਰਾਤ ਹੀ ਤੁਰ ਪਏ ਬਈ, ਆਉਂਦੀ ਆ ਟਰੈਕਟਰ ਲੈ ਗਏ ਭਰਾ ਸਾਡੇ ਕੋਲ, ਫੋਰ ਵੀਲ ਡਰਾਈਵ ਇੱਕ ਸੋਨਾਲੀਕਾ, ਤੇ ਬਾਕੀ ਵਿਖਾਲ ਸਕਦੇ ਤੁਹਾਨੂੰ ਵੀ ਸਾਡਾ ਯੋਵਨ ਭਰਾ 24 ਘੰਟੇ ਸਾਡੇ ਨਾਲ ਰਹਿੰਦਾ, ਕਹਿ ਸਕਦੇ ਸਾਡੀ ਸੱਜੀ ਬਾਂਹ, ਠੀਕ ਹੈ ਜੀ। ਅਤੇ ਇੱਧਰ ਸਾਡਾ ਹੈਪੀ ਫੋਰਮੈਨ ਆਇਆ ਆਪਣੇ ਸਹੁਰਿਆਂ ਤੋਂ ਜੀ, 4 ਦਿਨ ਬਾਅਦ ਆਇਆ ਵਾ, 2 ਦਿਨ ਵਾਂਡਾ ਵੇਖਿਆ ਇਹਨੇ, 2 ਦਿਨ ਨਾਲ ਦੀ ਰੁੱਸ ਗਈ ਉਹਨੂੰ ਮਨਾਉਣ 'ਚ ਲੱਗੇ ਆ, 5ਵੇਂ ਦਿਨ ਪਹੁੰਚਾ ਗਏ ਬਾਬਾ ਤਰਮਾ ਦੇ ਦਾ। ਅਤੇ ਬਾਹਰ ਵਿਖਾਲਦੇ ਤੁਹਾਨੂੰ ਵਰਕਸ਼ਾਪ ਦਾ ਮਾਹੌਲ ਤੇ ਵਿਖਾਲਦੇ ਹਾਂ, ਕਾਫੀ ਟਰੈਕਟਰ ਲੱਗੇ, ਠੰਡ ਵੀ ਬਹੁਤ ਜ਼ਿਆਦਾ ਵਾ, ਕੰਮ ਥੋੜ੍ਹਾ ਘੱਟ ਹੋਣ ਡਿਆ ਵਾ, ਇੰਨਾ ਘੱਟ ਵੀ ਨਹੀਂ ਹੋਣ ਡਿਆ, ਚਲੋ ਵਰਕਸ਼ਾਪ ਅੰਦਰੋਂ ਬੰਦ ਆ ਤੁਹਾਨੂੰ ਪਤਾ ਹੀ ਹੈ ਸਾਰੀ, ਅਤੇ ਫਿਰ ਵੀ ਮਤਲਬ ਤੁਹਾਨੂੰ ਵਿਖਾਲਦੇ, ਨਵੀਂ ਵਰਕਸ਼ਾਪ ਵੀ ਵਿਖਾਲਦੇ ਹਾਂ ਵੀ ਜਿਹੜੀ ਤਿਆਰ ਪੂਰੀ ਹੋਈ ਨਹੀਂ ਹੈਗੀ, ਕਿੰਨੀ ਤਿਆਰ ਹੋਈ ਵੀ ਵਿਖਾਲਦੇ ਅਤੇ ਟਰੈਕਟਰ ਵੀ ਵਿਖਾਲਦੇ, ਠੀਕ ਹੈ ਭਾਜੀ, ਆਓ ਚੱਲਦੇ ਹਾਂ। ਇੱਧਰ ਸਾਡਾ ਜੀਪ ਫੋਰ ਮੈਨ ਦੇਖੋ, ਵੇਖ ਸਕਦੇ ਨਹੀਂ ਹੈ ਨਾ, ਅਤੇ ਹੁਣ ਮੈਂ ਆਪਣਾ ਡਿੱਗ ਗਿਆ ਜੀ, ਹੋ ਗਿਆ ਕੋਈ ਗੱਲ ਨਹੀਂ, ਆਹ ਬੈਗ ਜਿਹੜਾ ਨਹੀਂ ਉੱਚੀ ਬੋਲੋ, ਸਤਿ ਸ਼੍ਰੀ ਅਕਾਲ ਬਲਾਓ ਸਾਰੇ ਜ਼ਿਮੀਂਦਾਰ ਭਰਾਵਾਂ, ਕਿਸਾਨ ਭਰਾਵਾਂ, ਬੁਲਾ ਦੋ ਸੋਨਾਲੀਕਾ ਸਾਡੇ ਆਪਣੇ ਜ਼ਿਲ੍ਹੇ ਗੁਰਦਾਸਪੁਰ ਦਾ 2023 ਮਾਡਲ ਫੋਰ ਵੀਲ ਡਰਾਈਵ ਪਿੰਡ ਚੱਠੇ ਦਾ, ਠੀਕ ਆ ਜੀ, ਇਹ ਟਰੈਕਟਰ ਪਿੰਡ ਹੈਗਾ ਵਾ ਮੰਡੇ ਲਾਜੂਗਾ ਫਾਜ਼ਿਲਕਾ 2023 ਮਾਡਲ ਵੀ, ਠੀਕ ਆ, ਹੁਣ ਫਿਰ ਕਹਿੰਦਾ ਵੀ 23 ਮਾਡਲ ਕਰਦਾ ਤਾਂ ਇੱਥੋਂ ਵੇਖ ਸਕਦੇ ਵੀ 23 ਮਾਡਲ ਹੈ ਕਿ ਨਹੀਂ ਆ, ਠੀਕ ਆ, ਮਗਰ ਵੀ ਐਮ ਆਰ ਆਪਾਂ ਦੇਖ ਰਿਹਾ ਪੂਰਾ ਦੇਖ ਰਿਹਾ ਮੈਂ ਦੇਖ ਰਿਹਾ ਵਾ, ਜਿਹੜਾ ਥੋੜ੍ਹਾ ਬਹੁਤਾ ਦੀਦਾ ਅਸੀਂ ਢਾ ਦਿੰਦੇ ਹਾਂ, ਠੀਕ ਆ, ਹਾਂ ਪੂਰਾ ਦੀਦਾ ਪਲੱਸ, ਠੀਕ ਆ, ਇਹ ਰੋੜੀ ਕਪੂਰੀ ਦਾ 2022 ਮਾਡਲ, ਇਹ ਵੀ ਰੋੜੀ ਕਪੂਰੀ ਦਾ 2022 ਮਾਡਲ ਆ, ਇੱਧਰ ਲੱਗਾ ਆਪਣੇ ਨੂੰ ਅੱਜ ਕਿਤੇ ਫੋਰਮੈਨ ਜੀ, ਅਜਾ ਅਮਨ ਭਾਅ ਜੀ ਲੱਗੇ ਵੀਰ ਜੀ ਆਪਣੇ ਟਰੈਕਟਰ ਲੱਗੇ ਆ,
ਤੇ ਵੀ ਤਕੀਪੁਰ ਨਿਊਜ਼ ਚੰਡੀਗੜ੍ਹ ਦਾ ਲੱਗਾ ਤਕੀਪੁਰ ਉਹ ਵੀ ਤਕੀਪੁਰ ਨਿਊਜ਼ ਚੰਡੀਗੜ੍ਹ ਦਾ ਉਹ 50-50 ਈ ਆ 53 ਦਾ ਤੇ ਸਟicker ਲੱਗੇ ਤੇ 50-50 ਡੀ ਆ ਫੋਰ ਵੀਲ ਡਰਾਈਵ ਲੈ ਦਿੰਦੇ ਤੁਹਾਨੂੰ ਨਾ ਠੰਡੀ ਦੇ ਹਾਂ ਸਹੀ ਗੱਲ ਮੈਂ ਤਾਂ ਤਰਪਾਲ ਪਾ ਕੇ ਫੜਾ ਲਿਆ ਕਿ ਨਹੀਂ ਇਹ 50-50 ਡੀ ਲੈ ਆ ਜਾਓ ਇੱਧਰ ਆ ਜਾਓ ਇੱਧਰ ਲੱਗੇ ਸਾਡੇ ਕੋਲ ਫੋਰ ਵੀਲ ਡਰਾਈਵ ਤਰਪਾਲ ਉਹ ਵੀ 50-50 ਜਾਈ ਉਹ ਵੀ ਹੋਰ ਇੱਕ ਪੂਰੇ ਦਾ ਹੀ ਆ ਭਰਾ ਸਾਡਾ ਬਾਹਰ ਰਹਿੰਦਾ ਅਮਰੀਕਾ ਕਿ ਕੈਨੇਡਾ ਰੋੜੀ ਕਪੂਰੀਆ ਦਾ ਟਰੈਕਟਰ ਵੀ ਕਪੂਰਥਲਾ ਜੱਤ ਉਹਦਾ ਹੀ ਇਹ ਆ ਤਖਤੂਪੁਰੇ ਦਾ ਨਿਹਾਲ ਸਿੰਘ ਵਾਲਾ 2020 ਮਤ ਫੋਰ ਵੀਲ ਡਰਾਈਵ 50-20 ਇਹ ਵੀ ਦੋਨੋਂ ਇਹ ਵੀ ਫੋਰ ਵੀਲ ਬੋਲ ਹਾਂਜੀ ਇਹ ਹੈਗਾ ਪਿੰਡ ਉੱਪਲਹਾਰ ਮਕੋੜਦਰ ਮੜਾ ਮੇਰੀ ਭਾਸ਼ਾ ਮੈਨੂੰ ਪਸੰਦ ਹਾਂ ਇਹ ਪਿੰਡ ਹੈਗਾ ਨਵਾਂ ਪਿੰਡ ਜੱਟਾਂ ਮਕੋੜਦਰ ਜਲੰਧਰ 2022 ਮਾਡਲ ਰੈਡੀ ਆ ਟਰੈਕਟਰ ਸਾਰੇ ਇੱਥੇ ਕੋਈ ਵੀ ਟਰੈਕਟਰ ਇੱਦਾਂ ਦਾ ਨਹੀਂ ਆ ਜਿਹੜਾ ਤਿਆਰ ਨਹੀਂ ਹੈਗਾ ਤੇ ਸਾਰੇ ਟਰੈਕਟਰ ਸਾਡੇ ਰੈਡੀ ਆ ਟਰਾਈ ਲੈਣੀ ਆ ਟਰਾਈ ਲੱਲੀ ਇਹਨਾਂ ਦੀ ਟਰਾਈ ਲੈ ਕੇ ਡੱਕੇ ਪਏ ਆ ਪਾਸ ਹੈ ਹਾਂਜੀ ਪਾਸ ਆ ਜੀ ਤੇ ਭਰਾ ਪਹੁੰਚੇ ਸਵੇਰੇ ਸਵੇਰੇ ਠੰਡ ਬਹੁਤ ਆ ਤਾਂ ਇੱਕ ਤਾਂ ਰਾਤ ਦੇ ਤੁਰੇ ਆਪਾਂ ਪੱਕਣ ਵਾਲ ਕਿਉਂਕਿ ਭਰਾ ਨਾਲ ਬੜੀ ਸਪੋਰਟ ਵਾਲੀ ਹੁੰਦੀ ਚੈਨਲ ਦੀ ਆਪਾਂ ਕਿਉਂਕਿ ਆਪਣੇ ਚੈਨਲ ਦੇ ਤੇ ਜਿਹੜੇ ਕਿਸਾਨ ਭਰਾ ਵੀ ਜਿਵੇਂ ਦੇ ਆ ਤੇ ਤੁਹਾਡੇ ਨਾਲ ਹੀ ਬੜੇ ਜੁੜੇ ਆ ਜਿਹੜੇ ਮਤਲਬ ਤੁਹਾਡੇ ਥਰੂ ਵੀ ਬਹੁਤ ਟਰੈਕਟਰ ਆ ਰਹੇ ਜਿਹੜੇ ਭਰਾ ਆਪਣੀਆਂ ਵੀਡੀਓ ਪਾਉਂਦੇ ਹਨਾ ਆ ਜਾਓ ਅਮਨ ਭਾਈ ਚੱਲਦੇ ਵਰਕਸ਼ਾਪ ਤੇ ਵਿਖਾਲਦੇ ਤੁਹਾਨੂੰ ਨਵੀਂ ਵਰਕਸ਼ਾਪ ਤੇ ਟਰੈਕਟਰ ਦੇ ਕੋਲ ਸੈਟ ਹੀ ਲੱਗੇ ਸਾਰੇ ਬਾਹਰ ਆ ਕੇ ਟਿਕਣਾ ਬੰਦ ਦਾ ਤਾਂ ਮੰਨਿਆ ਯਾਰ ਮੋੜ ਮੋੜ ਆ ਲੈ ਆ ਜਾਓ ਮੈਂ ਜਾਓ ਆਪਣੀ ਵਰਕਸ਼ਾਪ ਪਿੰਡ ਦੇ ਬਿਲਕੁਲ ਨਾਲ ਕਮਾ ਦੇ ਕੀਤੇ ਦਰਵਾਜ਼ਾ ਲੱਗ ਚੁੱਕਾ ਜਾਨੀ ਕਿ ਕਹਿ ਸਕਦੇ ਗੇਟ ਲੱਗ ਚੁੱਕਾ ਵਾ ਹਨਾ ਅਸੀਂ ਵੀ ਪਹਿਲੀ ਵਾਰ ਦੇਖੀ ਜੀ ਅੱਛਾ ਪਹਿਲੀ ਵਾਰ ਵੇਖੀ ਆ ਕੋਨੀਆਂ ਤਾਂ ਵੀਡੀਓ ਜੀ ਦੇਖੀ ਵੀਡੀਓ ਦੇਖੀ ਤੁਸੀਂ ਕਮਾ ਕੇ ਲੱਗੀ ਤਾਂ ਜਦੋਂ ਹਰਮੀਤ ਭਾਜੀ ਨਿਊ ਕੱਢਣ ਤਾਂ ਮੀਂਹ ਪੈ ਰਿਹਾ ਤੁਸੀਂ ਛਤਰੀ ਲੈ ਕੇ ਖੜੇ ਦੇ ਠੀਕ ਆ ਠੀਕ ਆ ਜੱਦੀ ਉਹ ਦੇਖੀ ਦੀ ਆ ਗੱਲਬਾਤ ਆਈ ਪੂਰੀ ਤਾਂ ਪੂਰਾ ਘੁੰਮਦਾ ਕਰਨ ਕੋਈ ਆ ਗਿਆ ਠੰਡ ਤਾਂ ਲੱਗਣ ਡੀ ਨਾ ਜੀ ਨਾ ਹੁਣ ਕਿਸੇ ਠੰਡ ਬੰਦੇ ਪੂਰੇ ਆਪਾਂ ਮੇਰੇ ਨੂੰ ਕਿਤੇ ਉਦਾਂ ਨਾ ਕਹੀ ਜਾ ਹੁਣ ਤਾਂ ਡਿੱਗਾ ਜੀ ਪੂਰਾ ਆ ਕੀ ਗੱਲ ਆ ਕੀਤੇ ਨੇ ਅੱਜ ਪਹਿਲੇ ਦਿਨ ਟੋਪੀ ਪਾਈ ਕੀਤੇ ਅੱਜ ਪਹਿਲੇ ਦਿਨ ਪਾਈ ਕਿ ਪਹਿਲਾਂ ਪਾਈ ਪਹਿਲੇ ਦਿਨ ਹੀ ਪਾਈ ਪਹਿਲੇ ਦਿਨ ਪਾਈ ਹਾਂ ਆਈ ਜਾ ਬਸ ਲੱਗੇ ਜਾਂ ਤੈਨੂੰ ਭੇਜੀ ਪਈ ਫਗਵਾੜੇ ਵਾਲਾ ਰੋਡ ਮੁੱਕ ਜਾਣਾ ਜਿੱਥੇ ਜਾਣ ਇੱਥੇ ਟਰਾਈ ਲੱਤੀ ਜੱਗਾ ਡੇ ਹਾਂ ਚੱਲੇ ਜਮੀਰ ਪਾ ਦੇ ਘਰ ਚੱਲੇ ਆ ਮੇਨੇ ਕੀ ਖਵਾਲਦਾ ਪਿਆਲਦਾ ਵਾ ਅੜੀ ਹੁੱਡੀ ਪਾਈ ਆ ਨਾ ਉਹਦੇ ਕੋਲ ਬੜੀ ਜ਼ੋਰ ਨਾਲ ਲਈ ਅੰਦਰ ਉਹਦੇ ਟੈਚੀ ਚ ਰੱਖ ਕੇ ਬੈਠਾ ਹੈ ਬਾਹਰੋਂ ਆਏ ਮੇਰੇ ਹੱਥ ਕੱਪੜੇ ਬਹੁਤ ਜ਼ੋਰ ਲੱਗਿਆ ਲੈਣ ਵਾਸਤੇ ਪੂਰਾ ਪੂਰਾ ਪੂਰਾ
ਲਓ ਜੀ ਉਦਣ ਜਮੇਰ ਭਾਈ ਚੱਲ ਗਏ ਸੀ ਮੈਰਜ ਤੇ, ਅੱਜ ਆਪਾਂ ਟਰੈਕਟਰ ਲੈਣ ਆਏ ਸਾਰੇ ਵੇਖ ਸਕਦੇ ਜਿਹੜੇ ਜਿਹੜੇ ਕਿਸਾਨ ਭਰਾਵਾਂ ਦੇ ਲੱਗੇ ਆ ਤੇ ਦੱਸ ਦਿਆ ਕਿਹੜੇ ਕਿਹੜੇ ਪਿੰਡ ਦੇ ਟਰੈਕਟਰ ਆ, ਕੁਝ ਟਰੈਕਟਰ ਉਹ ਆ ਜਿਹੜੇ ਜਮੇਰ ਭਾਈ ਹੋਣਾ ਬੁੱਕ ਕੀਤੇ ਇੱਥੇ ਲੱਗੇ ਆ, ਜਮੇਰ ਭਾਈ ਨੂੰ ਪੁੱਛਦੇ ਕਿਹੜਾ ਪਿੰਡ ਉਹਨਾਂ ਦਾ, ਆਪਾਂ ਨੂੰ ਪਤਾ ਹੀ ਨਹੀਂ ਤੇ ਕਹਿੰਦਾ ਮੈਨੂੰ ਆਪ ਨਹੀਂ ਪਤਾ। ਉਧਰੋਂ ਸਟਾਰਟ ਕਰਦੇ ਆ ਜੋ ਜਮੇਰ ਭਾਜੀ ਤੇ ਸਾਡਾ ਰਾਜਾ ਵਾ ਦੁੱਧ ਦੱਧ ਪਿਆਤਾ ਨੇ ਏਦਾਂ ਹੀ ਕਹਿੰਦਾ। ਹਾਂਜੀ ਸਤਿ ਸ਼੍ਰੀ ਅਕਾਲ ਬਲਾਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ, ਠੀਕ ਆ ਜੀ। ਇੱਥੋਂ ਸਟਾਰਟ ਕਰਦੇ ਹਾਂ ਆਪਾਂ, ਅੱਗੇ ਵੀ ਟਰੈਕਟਰ ਕਰਕੇ ਭੇਜੇ ਕੰਗ ਸਾਹਿਬ ਰਾਏ ਦੇ ਅਤੇ ਦੇ ਵੀ ਇਸੇ ਕਰਕੇ ਛਪੰਜਾ ਵੀ। ਇਹ 2021 ਮਾਡਲ ਆ 605 ਵੇਖ ਸਕਦੇ ਤੁਸੀਂ, ਇਹਨੂੰ ਮੋਡੀਫਿਕੇਸ਼ਨ ਕਰਨ ਲੱਗੇ ਆਪਾਂ। ਇਹ ਏਸੀ ਕੈਮਨ ਸਾਡਾ ਟਰੈਕਟਰ ਬਿਲਕੁਲ ਰੈਡੀ ਆ, ਠੀਕ ਆ। ਇਹ ਹੈਗਾ ਪਿੰਡ ਬਾਮ ਦਾ, ਤਹਿਸੀਲ ਮਲੋਟ ਆ, ਜ਼ਿਲ੍ਹਾ ਮੁਕਤਸਰ ਸਾਹਿਬ, 2019 ਮਾਡਲ ਟਰੈਕਟਰ ਹੈ, ਠੀਕ ਆ ਜੀ। ਅਤੇ ਗੱਲ ਆ ਜੀ, ਇਹ ਵੀ ਟਰੈਕਟਰ ਪਿੰਡ ਕੰਗ ਸਾਹਿਬ ਰਾਏ ਦਾ ਹੀ ਆ, ਨਕੋਦਰ ਤਹਿਸੀਲ ਹੈ, ਜ਼ਿਲ੍ਹਾ ਜਲੰਧਰ, 2017 ਮਾਡਲ, ਅਰਜਨ ਮੈਟ 605। ਮੈਟ ਤੁਸੀਂ ਬਹੁਤ ਘੱਟ ਵੇਖਿਆ ਵਿੱਚ ਮਾਡਲ 'ਚ, ਪਰ ਇਹ 2017 ਮਾਡਲ ਆ, ਠੀਕ ਆ। ਇਹ ਟਰੈਕਟਰ ਸਾਡੇ ਡੀ ਸੀ ਸਾਹਿਬ ਦਾ ਵਾ, ਪਿੰਡ ਵਿਛੋਆ, ਠੀਕ ਆ ਜੀ। ਇਹ ਟਰੈਕਟਰ ਬਿਲਕੁਲ ਰੈਡੀ ਆ, ਇਹਨੂੰ ਨਹੀਂ ਖੜਾਂਗੇ ਆਪਾਂ। ਇਹ ਟਰੈਕਟਰ ਅਜਮੇਰ ਭਾਈ ਨੇ ਮੰਗਾਇਆ, ਜਿਹੜਾ ਚੀਤਾਂ ਕਲਾਂ ਦਾ ਟਰੈਕਟਰ ਵਾ, ਪਿੰਡ ਚੀਤਾਂ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਸਾਹਿਬ, 2013 ਮਾਡਲ, ਜੇ 56 ਟਰੈਕਟਰ 'ਤੇ ਕਰਕੇ ਭੇਜਿਆ ਸੀ ਆਪਾਂ। ਅਤੇ 3-4 ਮਹੀਨਿਆਂ ਬਾਅਦ ਉਹ ਟਰੈਕਟਰ ਨੂੰ ਵਾਇਰਿੰਗ ਸ਼ਾਰਟ ਹੋਣ ਕਰਕੇ ਡੈੱਕ ਡੁੱਕ ਲੱਗਾ ਸੀ, ਉਹ ਟਰੈਕਟਰ ਨੂੰ ਮਤਲਬ ਅੱਗ ਲੱਗ ਗਈ। ਅਤੇ ਮੈਂ ਬੜੇ ਕਿਸਾਨ ਭਰਾਵਾਂ ਨੂੰ ਇਹ ਗੱਲ ਕਹੂੰਗਾ, ਸਾਰਿਆਂ ਨੂੰ ਕਹੂੰਗਾ ਕਿ ਵੀ ਸਵਿੱਚ ਆਉਂਦਾ ਜਿਹੜਾ ਕੋਈ 1000-1200 ਦਾ, ਕੋਈ ਮਹਿੰਗਾ ਨਹੀਂ, ਜੇ ਅਸੀਂ ਇੰਨੇ ਮਹਿੰਗੇ ਡੈੱਕ ਲਵਾ ਸਕਦੇ ਹਾਂ, ਫਿਰ ਆਪਾਂ ਆਟੋ ਸੁੱਚ ਵੀ ਲਵਾ ਸਕਦੇ ਹਾਂ ਨਾ। ਉਹ ਲਵਾ ਕੇ ਰਾਤ ਨੂੰ ਟਰੈਕਟਰ 10 ਸੁੱਚ ਲਾ ਕੇ ਕੱਟ ਕੇ ਡੱਕੋ, ਜਿਹੜਾ ਟਰੈਕਟਰ ਦੀ ਵਾਇਰਿੰਗ ਦਾ ਕੋਈ ਨੁਕਸਾਨ ਨਾ ਹੋਵੇ, ਕਿਉਂਕਿ ਰੋਜ਼ ਬੈਂਟ ਦੀ ਲੀਡ ਲਾਉਣੀ ਬੜੀ ਔਖੀ ਆ। ਔਰ ਇਹ ਟਰੈਕਟਰ ਜੁਗੋ, ਇਹ ਟਰੈਕਟਰ ਨੂੰ ਟਾਇਰ ਗਾੜੀ ਵੱਡੇ ਚੱਕ ਕੇ ਆ, ਪਹਿਲਾਂ ਨਿੱਕੇ ਆਉਂਦੇ ਆ, ਠੀਕ ਆ ਜੀ। ਪਹਿਲਾਂ ਨਿੱਕੇ ਟਾਇਰ ਹੁੰਦੇ, ਉਹਨੂੰ ਵੱਡੇ ਪਾ ਲਏ ਆ, ਪਿੱਛੇ ਵੀ ਵੱਡੇ ਪਾ ਕੇ ਰੇਸੋ ਮਲਾਈ ਆ, ਬਾਕੀ ਵੀਣੀ ਆ, ਪੂਰੀ ਰੇਸੋ ਰਲੀ ਕੇ ਨਹੀਂ ਰਲੀ, ਬਾਦੀਆਂ ਗੱਲਾਂ ਵਾ। ਅਤੇ ਪਿੰਡ ਹੈਗਾ ਵੈਰੋਕੇ ਦਾ, ਜ਼ਿਲ੍ਹਾ ਮੋਗਾ, 2023 ਮਾਡਲ ਟਰੈਕਟਰ, ਵੈਰੋਕੇ ਪਿੰਡ ਆ, ਜ਼ਿਲ੍ਹਾ ਮੋਗਾ ਵਾ, 2023 ਮਾਡਲ, ਇਹਨੂੰ ਮੋਡੀਫਿਕੇਸ਼ਨ ਦਿੰਦੇ ਹਾਂ, ਇਹਨੇ ਕਿੱਦਾਂ ਦੀ ਪਾਵਰ ਵਿਖਾਲਦਾ ਟਰੈਕਟਰ, ਠੀਕ ਆ। ਅਤੇ ਅੱਗੇ ਵੀ ਉਹ ਪਿੰਡ ਆਪਾਂ ਸੋਨਾਲੀਕਾ ਸੱਟ ਕਰਕੇ ਭੇਜਿਆ, ਕੁਝ ਸਾਲ ਦੇ ਕਰੀਬ ਕਰੀਬ ਹੋਏ, ਸਾਲ ਤੋਂ ਪਲੱਸ ਹੋ ਗਿਆ ਹੈ ਨਾ। ਆਹ ਜਮੇਰ ਭਾਜੀ ਪਸੰਦ ਸਾਡੇ ਜੀ ਸੋਨਾਲੀਕਾ, ਜਮੇਰ ਭਾਗਲ ਸੋਨਾਲੀਕਾ, ਇਹ ਟਰੈਕਟਰ ਹੈਗਾ ਕਿਹੜੇ ਪਿੰਡ ਦਾ, ਮੋਡੀਫਾਈ ਕੀਤਾ ਨਹੀਂ ਹੈਗਾ, ਠੀਕ ਆ। ਪਿੰਡ ਮੈਨੂੰ ਯਾਦ ਨਹੀਂ ਆਉਣ ਡਿਆ, ਤੁਹਾਨੂੰ ਵੀਡੀਓ 'ਚ ਜਾ ਕੇ ਦੱਸ ਦਿਓ ਕਿਹੜੇ। ਸੋਨੂੰ ਸਾਡਾ ਮੋਨੂੰ ਸੱਚ, ਸੋਰੀ ਚੇਤਾ ਭੁੱਲ ਗਿਆ, ਬੜਾ ਫਰੂਟ ਫਰਾਟ ਖਵਾਉਂਦਾ ਸਾਨੂੰ, ਕੀ ਮੋਨੂੰ ਸੱਚ ਗੱਲ ਬੋਲ ਸਾਰਿਆਂ ਨੂੰ, ਮੈਨੂੰ ਨਾ ਬੜਾ ਇੱਧਰ ਬੁਲਾ ਸਾਰਿਆਂ ਨੂੰ, ਭਰਾਵਾਂ ਨੂੰ, ਠੀਕ ਆ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਾਰੇ ਕਿਸਾਨ ਭਰਾਵਾਂ ਨੂੰ। ਇੱਧਰ ਜਮੇਰ ਭਾਜੀ ਦੇ ਪਿੰਡਾਂ ਨੂੰ ਦੱਸਦੇ ਹਾਂ, ਇਹ ਵੀ ਟਰੈਕਟਰ ਸਾਡੇ ਕੋਲ ਆਇਆ ਵਾ, 2014 ਮਾਡਲ ਟਰੈਕਟਰ, ਠੀਕ ਆ ਜੀ। ਅਤੇ ਪਿੰਡ ਹੈਗਾ ਸਾਰ ਰੰਗੜਾ, ਅਜਨਾਲਾ, 2014 ਮਾਡਲ, ਅੰਮ੍ਰਿਤਸਰ ਸਾਹਿਬ, ਲਾਲ ਲਾਲ ਰੰਗ ਹੀ ਲੱਗਣਗੇ ਸਾਰੇ, ਹੁਣ ਜਿੰਨੇ ਲੱਗਣਗੇ। ਇੱਧਰ ਵੇਖ ਸਕਦੇ ਦੋ ਕੰਬਾਈਨਾਂ ਖੜੀਆਂ ਭਰਾ ਦੀਆਂ, ਠੀਕ ਆ। ਜਾ ਕੇ ਵਰਕਸ਼ਾਪ 'ਤੇ ਵਿਖਾ ਦੇ ਤੁਹਾਨੂੰ ਕੀ ਮਾਹੌਲ ਆ। ਅਤੇ ਇੱਧਰ ਕੀਤਾ ਧੱਕਾ ਮਾਰਦਾ, ਬੈਟਰੀ ਲਾਵਾ ਪੁੱਤ, ਕਹਿੰਦੇ ਧੱਕੇ ਨਾਲ ਸਟਾਰਟ ਕਰ ਦੇਣਾ, ਪਰ ਹੋਣਾ ਨਹੀਂ, ਬੈਟਰੀ ਨਹੀਂ ਲਾਉਣੀ, ਬੈਟਰੀ ਆਹ ਪਈ ਆ, ਮਾਰਤਾ ਨਹੀਂ ਹੋਇਆ।
ਨਹੀਂ ਹੋਇਆ ਮੈਨੇ ਵਾਗ ਦੇਤਾ ਨਹੀਂ ਹੋਣਾ ਠੀਕ ਆ ਲੈ ਕੇ ਚੱਲਦੇ ਹਾਂ ਪੰਜਾਬ ਨੈਸ਼ਨਲ ਬੈਂਕ ਕਿਆ ਬਾਤ ਕਮਾਨ ਭਗਤੂਪੁਰਾ ਆ ਲਓ ਜੀ ਭਗਤੂਪੁਰਾ ਭਗਤੂਪੁਰਾ ਗੁਰਦੁਆਰਾ ਸਾਹਿਬ ਮੈਂ ਠੀਕ ਬਾਤ ਦੱਸੀਦਾ ਠੀਕ ਆ ਅੱਜ ਉੱਤੋਂ ਦੀ ਆਏ ਅਸੀਂ ਚੁੱਕਦੇ ਜੀ ਰਿਮੋਟ ਤੋਂ ਲੈਟਰ ਦੇਖ ਸਕਦੇ ਤੁਸੀਂ ਟੱਕ 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 ਕਿਉਂ ਫਸਿਆ ਵਾ ਨਹੀਂ ਚੱਲ ਗਾ ਬੰਦਾ ਫਸਿਆ ਵਾ ਸਿੱਧੂ ਨੇ ਘੁੱਟ ਲਿਆ ਬੰਦਾ ਸਾਡਾ ਧਰਮਿੰਦਰ ਫੋਰਮੈਨ ਨੇ ਮੁੱਗੜ ਮਾੜਿਆ ਅੱਜ ਦੇਖ ਸਕਦੇ ਤੁਸੀਂ ਹੈ ਆਹ ਟਰੈਕਟਰ ਆਇਆ ਆਪਣੇ ਕੋਲ ਇੱਧਰ ਆਇਆ ਵਾ 56 ਖੋਲੋ 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 ਪੁੱਤ ਪੁੱਤ ਸ਼ੱਕ ਬੰਦੇ ਵਾਲੋ ਹੁੰਦਾ ਸਿਕੰਦਰ ਕੋਲ ਆ ਜਾ ਹੈਪੂ ਇਹਦਾ ਲੱਗਾ 53 ਦਾ ਇੱਧਰ ਆ ਗਿਆ ਫੋੜ